पिंड गरचा विखे CPIM शहीद भगत सिंह नगर की 24वीं जिला पार्टी कॉन्फ्रेंस जिहड़ी हैगी आ ओह पिंड गरचा दे विखे जिहड़ी आ ओह कीती जा रही आ। आओ देखदे आ इस दी पूरी रिपोर्ट। ਉਸ ਪੰਜਾਬ ਦੀਆਂ ਰਾਜਨੀਤਿਕ ਧਰਮਾਂ ਦਾ ਪੰਜਾਬ ਦੀ ਰਾਜਨੀਤੀ ਦਾ ਨਿਰਣਾ ਜਿਹੜਾ ਫਰਦੇ ਦੇ ਰੂਪ ਵਿੱਚ ਪਾਰਟੀ ਦੀ ਸੂਬਾ ਕਮੇਟੀ ਵੱਲੋਂ ਕੈਲੀਗੇਸ਼ਨ ਪਾਰਟੀ ਕਾਂਗਰਸ ਜੋ ਅਪ੍ਰੈਲ 2025 ਵਿੱਚ ਤਾਮਿਲਨਾਡੂ ਦੇ ਸ਼ਹਿਰ ਮਦੁਰਾਈ ਵਿਖੇ ਹੋ ਰਹੀ ਹੈ, ਜਿਸ ਦੀ ਤਿਆਰੀ ਵਿੱਚ ਬ੍ਰਾਂਚ ਤਹਿਸੀਲ ਜ਼ਿਲ੍ਹਾ ਅਤੇ ਸੂਬਾ ਕਾਨਫਰੰਸਾਂ ਕੀਤੀਆਂ ਜਾ ਰਹੀਆਂ। ਅਸੀਂ ਅੱਜ ਆਪਣੇ ਜ਼ਿਲ੍ਹੇ ਦੀ ਕਾਨਫਰੰਸ ਕਰ ਰਹੇ ਹਾਂ, ਜਿਸ ਵਿੱਚ ਵਿਛੜਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਪਹਿਲਾਂ ਪਿਛਲੇ ਦਿਨੀ ਵਿਛੋੜਾ ਦੇ ਗਏ CPIM ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਜੈਚਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਕਾਮਰੇਡ ਸੀਤਾਰਾਮ ਜੈਚਰੀ ਜੀ 1974 ਵਿੱਚ SFI ਵਿੱਚ ਸ਼ਾਮਲ ਹੋਏ ਅਤੇ 3 ਵਾਰ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਬਣੇ। 1977 ਵਿੱਚ ਉਹ CPIM ਦੇ ਮੈਂਬਰ ਬਣੇ। 1992 ਵਿੱਚ ਪੋਲਟ ਬਿਊਰੋ ਦੇ ਮੈਂਬਰ ਬਣੇ ਅਤੇ ਹੁਣ ਤੱਕ ਇਸ ਅਹੁਦੇ 'ਤੇ ਮੌਜੂਦ ਸਨ। 24ਵੀਂ ਪਾਰਟੀ ਕਾਨਫਰੰਸ ਆਪਣੇ ਸਰਮੌਰ ਆਗੂਆਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਟ ਕਰਦੀ ਹੈ। ਕਾਮਰੇਡ ਬੁੱਧੇ ਭੱਟਾਚਾਰੀਆ, ਸਾਬਕਾ ਮੁੱਖ ਮੰਤਰੀ ਪੱਛਮੀ ਬੰਗਾਲ ਸਿਵਾਏ ਜੀ, ਕੇਂਦਰੀ ਕਮੇਟੀ ਮੈਂਬਰ ਸੁਨੀਲ ਚੋਪੜਾ, ਕੇਂਦਰੀ ਕਮੇਟੀ ਮੈਂਬਰ MM ਲਾਰੈਂਸ, ਕੇਂਦਰੀ ਕਮੇਟੀ ਮੈਂਬਰ ਲਾਲ ਸਿੰਘ ਧਨੌਲਾ, ਸੂਬਾ ਕਮੇਟੀ ਮੈਂਬਰ ਗੁਰਦੇਵ ਸਿੰਘ ਬਾਂਡੀ, ਸੂਬਾ ਕਮੇਟੀ ਮੈਂਬਰ ਬਲਵੀਰ ਸਿੰਘ ਸੁਹਾਵੀ ਲੁਧਿਆਣਾ, ਤਰਲੋਚਨ ਸਿੰਘ ਰਾਏਕੋਟ, ਅਮਰਜੀਤ ਸਿੰਘ ਸੂਫੀ, ਹਰੀ ਰਾਮ ਮੁਕਤਸਰ, ਇੰਦਰਜੀਤ ਸਿੰਘ, ਸਰਦਾਰ ਮੁਹੰਮਦ, KC ਸ਼ਰਮਾ ਚੰਡੀਗੜ੍ਹ, ਗੁਰਸੇਵਕ ਕੌਰ ਭੱਠਲ, ਮਹਿੰਦਰ ਸਿੰਘ ਗੁਣਾਚੌਰ, ਬਲਵੀਰ ਸਿੰਘ ਕੌਲਗੜ੍ਹ, ਧੰਨਾ ਸਿੰਘ ਫੌਜੀ, ਮਹਿੰਦਰ ਕੌਰ ਤਲਵੰਡੀ, ਸ਼ਾਦੀ ਸਿੰਘ ਗੜੀ, ਗੁਰਪਾਲ ਸਿੰਘ ਪਾਲੀ, ਬਚਿੱਤਰ ਸਿੰਘ ਗੁਣਾਚੌਰ, ਅਵਤਾਰ ਸਿੰਘ ਭਾਟਾ, ਜੋਗਾ ਸਿੰਘ ਗਰਚਾ, ਰਾਣਾ ਮੇਲੀ, ਮੁਖਤਿਆਰ ਚੰਦ ਬੰਗਾ, ਕੁਲਵੰਤ ਸਿੰਘ ਸੋਢੀ ਮੰਡਾਲੀ, ਜਰਨੈਲ ਰਾਮ ਗੋਬਿੰਦਪੁਰ, ਮਿਲਗਾ ਚੱਕ ਮਿਲਗਾ, ਜੀਵਨ ਕੁਮਾਰ ਜਗਤਪੁਰ, ਰੋਸ਼ਨ ਲਾਲ ਝੇਗੜਾ, ਸੋਢੀ ਰਾਮ ਖਾਨਖਾਨਾ, ਸੋਹਣ ਸਿੰਘ ਕੰਗਰੌੜ, ਹਰੀ ਰਾਮ ਢੰਡੇਰਾ, ਨਿਰਮਲਾ ਰਾਣੀ ਮੰਡਾਲੀ, ਦਰਸ਼ਨ ਸਿੰਘ ਦੌਲਤਪੁਰ, ਦੇਵਰਾਜ ਚਾਕਗੁਰੂ, ਬਚਨ ਸਿੰਘ ਜਸਪਾਲ ਅੰਮ੍ਰਿਤਸਰ, ਦੇਵਤਾ ਸਿੰਘ ਅੰਮ੍ਰਿਤਸਰ, ਸ਼੍ਰੀ ਰਾਮ ਭੰਡਾਲਾ, ਓਮ ਪ੍ਰਕਾਸ਼ ਭੰਗਾਲਾ, ਰਾਜਕੁਮਾਰ ਸਰਨਾ, ਰਾਣਾ ਮਸੀਹ, ਮਲਕੀਤ ਭੋਏਪੁਰੀ, ਇਹਨਾਂ ਸਾਰੇ ਸਾਥੀਆਂ ਨੂੰ ਲਾਲ ਸਲਾਮ। ਹੁਣ ਮੈਂ ਬੇਨਤੀ ਕਰਦਾ ਸਾਥੀਓ, ਆਪਾਂ ਉਹਨਾਂ ਸਾਰੇ ਸਾਥੀਆਂ ਯਾਦ ਵਿੱਚ ਇੱਕ ਬਿੱਟ ਖੜ ਕੇ ਮੂਲ ਧਾਰ ਤੋਂ ਸ਼ਰਧਾਂਜਲੀ ਭੇਟ ਕਰਦੇ ਹਾਂ। ਸ਼ਰਧਾਂਜਲੀ ਦਿੱਤੀ ਜਾ ਰਹੀ ਆ ਸਾਰੇ ਸਾਥੀਆਂ ਵੱਲੋਂ। ਇੱਕ ਮਿੰਟ ਦਾ ਮੌਨ ਧਾਰਨ ਕਰਨ ਕਰਕੇ ਪਿਛਲੇ ਸਾਥੀਆਂ ਨੂੰ ਲਾਭ ਸਲਾਮ। CPIM ਜਿੰਦਾਬਾਦ। ਪਿਛੜੇ ਕਾਮਰੇਡ ਅਮਰ ਰਹਿਣ। ਸਾਥੀਓ, ਬਾਰਵੀਂ ਮਤੇ ਤੋਂ ਬਾਅਦ ਜੋ ਆਪਣਾ ਕਾਨਫਰੰਸ ਦਾ ਅਗਲਾ ਸ਼ਡਿਊਲ ਹੈ, ਪਾਰਟੀ ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਸਿੰਘ ਸ਼ੇਖੋਂ ਵਿਸ਼ੇਸ਼ ਤੌਰ 'ਤੇ ਆਪਣੀ ਇਸ ਕਾਨਫਰੰਸ ਵਿੱਚ ਪਹੁੰਚੇ ਆ। ਉਹ ਅੱਜ ਦੇ ਬਸ ਕਤਰੇ ਮੈਂਬਰ ਸਾਥੀ ਗੁਰਨੇਕ ਸਿੰਘ ਭੱਜਲ, ਕਿਉਂਕਿ ਆਪਣੇ ਗੁਆਂਢੀ ਹੁਸ਼ਿਆਰਪੁਰ ਦੇ ਜ਼ਿਲ੍ਹਾ ਸੈਕਟਰੀ ਵੀ ਰਹੇ ਨੇ, ਇੱਧਰੋਂ ਗੁਆਂਢੀ ਸੁਖਪ੍ਰੀਤ ਜੌਹਲ, ਉਹ ਜਲੰਧਰ ਜ਼ਿਲ੍ਹੇ ਦੇ ਸੈਕਟਰੀ ਹਨ। ਉਹ ਦੋਵੇਂ ਸਾਥੀ ਸਾਡੀ ਕਾਨਫਰੰਸ ਨੂੰ ਵਧਾਈਆਂ ਦੇਣ ਆਏ ਆ। ਮੈਂ ਆਪਣੇ ਪ੍ਰੈਜ਼ੀਡੀਅਮ ਵੱਲੋਂ ਅਤੇ ਸਾਰੀ ਕਾਨਫਰੰਸ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਦੋਵੇਂ ਸਾਥੀ ਸਾਡੇ ਵਿੱਚ ਮੌਜੂਦ ਆ। ਤੋਂ ਬਾਅਦ ਤੁਸੀਂ ਸੈਕਟਰੀ ਦੀ ਚੋਣ ਕਰਨੀ ਹੈ ਅਤੇ ਡੈਲੀਗੇਟਾਂ ਦੀ ਵੀ ਚੋਣ ਕਰਨੀ ਆ ਸੂਬਾਈ ਕਾਨਫਰੰਸ ਵਾਸਤੇ। ਇਹ ਪ੍ਰੋਸੈਸ ਤੁਸੀਂ ਵੀ ਅੱਜ
इस कानफ्रेंस में भी मुकम्मल करना। उस वास्ते सानू जिहड़ी रिपोर्ट आ उहनू होर बेहतर बनाउण लई अमीर बनाउण वास्ते जदों जिला सैकटरी तुहाडा उद्घाटन तो बाद गल संभव, नहीं तां आम तौर ते महासम्मेलन दे फैसलिआं नूं असीं ने लागू करना। तो महासम्मेलन ने जिहड़े फैसले करे सी उहदे च असीं इह तय कीता सी राजनीतिक लाइन के तौर पर कि देश अंदर असी जिहड़ा कारपोरेट ते क्रिमिनल गठजोड़ आ, फिरकुआं ते कारपोरेटां दा जिहड़ा गठजोड़ आ, इहनूं विचारधारक तौर पर हराउणा भी आ, नखेड़ना भी आ लोकां चों समाज दे विचों, ते नाल नाल राजनीतिक फील्ड विच इहनूं हराउणा, इह असी अपना इक निशाना मिथिया सी जिहड़े 23वें महासम्मेलन। तो उस महासम्मेलन के मुताबिक जिहड़े औरतां ते दलतां ते हमले हो रहे ने उन्हें रोकने वास्ते जिहड़ा फिरकूकरण किया जा रहा, ध्रुवीकरण किया जा रहा, उहदे लई भी लोगों को लाभान्वित किया जा रहा। रुजगार लगातार घट रहा, ये सारे पहलुओं को लैके असी चल रहे। ये असी सर्कुलर भी जारी किया, आर्टिकल भी छपया है रेस सेफ के अंदर, उन्होंने सारे को पढ़ो। मेरा ख्याल है राम सिंह ने हिम्मत की है पंजाबी का जोड़ा अभी भेजा सूबा कमेटी मैंबर तक सारे इन्हें कढ़ा के मेरा ख्याल तुम्हें सर्कुलेट लैक दे देना। तो मतलब यह है भी इनू पढ़ के जोड़ा भाषण करता 8 नवंबर तो 14 नवंबर तक जो मीटिंग करनिया कंपेन करनी महम चला मुद्दे ने प्रधानगी मंडल कामर सुरेंद्र सेखों जी पंजाब के बैठे मेरे सरकार जो साथी पिछले दिन 77-78 कामर केसर सिंह टूरा पर पलासम मडाली से बीका साहब चरजी थानी उन्होंने बड़ा कुछ सीखा। जो मार्टर भगत राम दी चोणा हुई दफ्तर साढ़े गुआंढ सी जिहड़ा भतीजा अज बीमार है शमशेर सिंह वर्दी मैंबर है रामजीत मैनेजर उन्होंने सामने दफ्तर खोलिया 77 च आके खास करके पटियाले रतन सिंह की अवाई थले आए हो रतन सिंह अवाई तो थले मैं जूस गांड का प्रेजिडेंट हों ब्लॉक का नवी शहर नहीं मैं लिखो नहीं रखना सुनो उदो बाद राणा मोती सिंह के खिलाफ खड़ता ना कोई यानी यैलसा का बंदा इंदिरा का बंदा सारे टॉप से आल इंडिया का रहा वो आके पार्टी लीडर ने मैं हौसला दिता वो गली दे विच एक बारी काला कामण साडा बंगे वाला पीपा लैके दौलतपुर की को कॉन्फ्रेंस सी गया उन्हें मगर कुत्ते ला के तो भजा तक काले फिर दौलतपुर इकट्ठ करके मैंने हूँ याद नहीं पुरा पंजाब सिंह से या दर्शन सिंह से उन्हें गली च लंघाया चैलेंज करके राणे ने फिर भाई काम लंघ रहा हूँ रोक मैं 5 मिनट लेने हैं सब तो एक मिनट फालतू तेन 77 के असी कैंप भी लाया राणा मोती सिंह कुलदीप एंटी दिलवाग सिंह धीर जो वकील है वह हराया 2.5 लाख की वोट तो मास्टर भगत राम ने मास्टर भगत राम के चोणों तो बाद जो कसम खाधी पार्लीमेंट की उदो कांड केसिस थी मंडाली बाई 24 सूबे है वो अभी पहले नंबर से आईए जथेबंदी एक मेरी बेनती होर है तो जालसाजी साड़ी पार्टी है नकली मैंबरशिप नकले फोटो करा के आराम से आप सारे ने बंद करना काम असली जो असली है वो टेबल पर आवे धरती धरती आ कोई 100 की करे 200 की करे सही जथेबंदी जथे हथ की लड़ नहीं सीनियर लो सही जथेबंदियां बना के असी अगे बढ़ना जो लुधियाने हूँ मीटिंग होनी है जो हुक्म होगा किसान सभा का जो फैसले हो गए वो असी नेपड़े चढ़ा पर नेपड़े काम चाहते हैं कि तुम सारे सहयोग दियो। मेरी बेनती है मैं चरणजीत थांदी नाल हरनाम सिंह रखासन नाल अगोपा बैठा चुने आता सी मैं अपने हथी 10,000 की भर्ती की मंडवीर के
ਹੁਣ ਵੀ ਮੇਰਾ ਤਰੀਕਾ ਇਹ ਹੈ ਮੈਂ ਬੜਾ ਵੀ ਹੈ ਅਤੇ ਮੈਂ ਜਾ ਕੇ ਆਪ ਖੁਦ ਸਕੈਟ ਚਲਾ ਕੇ 20 ਪਿੰਡ ਨਵਾਂ ਸ਼ਹਿਰ ਅਤੇ 10 ਬਲਾਚੌਰ ਅਤੇ 10 ਬੰਗਿਆਂ ਦੇ ਇਹ ਮੈਂ ਸਰੀਰ ਤੀਹਾਂ ਦੇ ਵਿੱਚ ਕਿਸਾਨ ਸਭਾ ਜਿੰਦੀ ਜਾਗਦੀ ਬਣਾਊਂਗਾ ਤੁਹਾਡੀ ਬੰਦਨ ਹੈ ਇਸ ਕਰਕੇ ਮੈਂ ਅੱਜ ਵਿਹਲਾ ਹੋਇਆ ਸੈਕਟਰੀ ਤੌਰ 'ਤੇ ਪਾਰਟੀ ਦਾ ਨਿਜ਼ਮ ਹੈ 70 ਸਾਲ ਤੋਂ ਬਾਅਦ ਜ਼ਿਲ੍ਹਾ ਕਮੇਟੀ ਮੈਂਬਰ ਨਹੀਂ ਲਿਆ 70 ਸਾਲ ਤੋਂ ਬਾਅਦ ਸੂਬਾ ਕਮੇਟੀ ਕਿੰਨੀ ਲੈਣਾ ਉਸ ਦੇ ਬਾਵਜੂਦ ਫਿਰ ਜਿਹੜਾ ਹੁਕਮ ਹੈ ਫੈਸਲੇ ਆ ਕੇਂਦਰੀ ਕਮੇਟੀ ਦੇ ਉਹ ਆਪਾਂ ਨੇਪੜ ਚੜ੍ਹਨੇ ਹਾਂ ਇਸ ਕਰਕੇ ਮੈਂ ਸੁਰਿੰਦਰ ਸੇਖੋਂ ਜੀ ਦਾ ਗਣੇਸ਼ ਜੀ ਦਾ ਔਰ ਸਾਹਿਬ ਦਾ ਅਤੇ ਖਰਚਾ ਜੂਟ ਦਾ ਜਿਹਨੇ ਇੰਨਾ ਪ੍ਰੋਗਰਾਮ ਕੀਤਾ ਆਏ ਹੋਏ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਵਿੱਚ ਗਲਤ ਕਹਿ ਹੋ ਗਿਆ ਮਾਫ਼ੀ ਮੰਗਣਾ ਅੱਜ ਦੇ ਇਸ ਅਜਲਾਸ ਵਿੱਚ ਸ਼ਾਮਿਲ ਹੋਏ ਸਾਡੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਜੀ ਉਹਨਾਂ ਦੇ ਨਾਲ ਸੂਬਾ ਸਕੱਤਰ ਮੈਂਬਰ ਗੁਰਨੇਕ ਭੱਜਲ ਜੀ ਸੁਖਪ੍ਰੀਤ ਜੌਲ ਜੀ ਰਾਮ ਸਿੰਘ ਨੂਰਪੁਰੀ ਅਤੇ ਬਲਵੀਰ ਸਿੰਘ ਜਾਡਲਾ ਸੂਬਾ ਕਮੇਟੀ ਮੈਂਬਰ ਮਾਨ ਸਿੰਘ ਰੋੜੀ ਜੀ ਅਤੇ ਮਾਸਟਰ ਪ੍ਰੇਮ ਲੱਕੜ ਜੀ ਅਤੇ ਹਾਊਸ ਵਿੱਚ ਵੱਖ ਵੱਖ ਤਹਿਸੀਲਾਂ ਤੋਂ ਚੁਣ ਕੇ ਆਏ ਹੋਏ ਡੈਲੀਗੇਟ ਸਾਥੀਓ ਅਸੀਂ ਜੋ 24ਵੀਂ ਕਾਨਫਰੰਸ ਦੀ ਤਿਆਰੀ ਦੇ ਸੰਬੰਧ ਵਿੱਚ ਅੱਜ ਆਪਣੇ ਜ਼ਿਲ੍ਹੇ ਦਾ ਡੈਲੀਗੇਟ ਇਜਲਾਸ ਕੀਤਾ ਹੈ ਇਹਦੇ ਵਿੱਚ ਤੁਸੀਂ ਸਾਰਿਆਂ ਨੇ ਨਵੀਂ ਕਮੇਟੀ ਜ਼ਿਲ੍ਹਾ ਕਮੇਟੀ ਚੁਣੀ ਹੈ ਉਸ ਜ਼ਿਲ੍ਹਾ ਕਮੇਟੀ ਨੇ ਸਰਬਸੰਮਤੀ ਨਾਲ ਮੈਨੂੰ ਸਕੱਤਰ ਚੁਣਿਆ ਸਾਡੀ ਸੂਬੇ ਦੀ ਲੀਡਰਸ਼ਿਪ ਨੇ ਅਤੇ ਜ਼ਿਲ੍ਹਾ ਕਮੇਟੀ ਨੇ ਮੇਰੇ ਵਿੱਚ ਵਿਸ਼ਵਾਸ ਪ੍ਰਗਟਾਇਆ ਮੈਂ ਸਾਰੇ ਹਾਊਸ ਨੂੰ ਆਪਣੇ ਵੱਲੋਂ ਇਹ ਵਿਸ਼ਵਾਸ ਦਵਾਉਣਾ ਕਿ ਜਿਹੜੀ ਡਿਊਟੀ ਤੁਸੀਂ ਮੇਰੀ ਜ਼ਿਲ੍ਹੇ ਦੇ ਵਿੱਚ ਐਜ਼ ਏ ਜ਼ਿਲ੍ਹਾ ਸਕੱਤਰ ਲਗਾਈ ਹੈ ਉਸ ਡਿਊਟੀ ਨੂੰ ਮੈਂ ਪੂਰਨ ਤੌਰ ਨਿਭਾ ਕਿਸ ਵਿਸ਼ੇ 'ਤੇ ਮੀਟਿੰਗ ਸੀ ਅੱਜ CPIM ਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਡੈਲੀਗੇਟ ਇਜਲਾਸ ਸੀਗਾ 24ਵਾਂ ਕਿਉਂਕਿ CPIM ਹਰ 3 ਸਾਲਾਂ ਬਾਅਦ ਆਪਣੀਆਂ ਜਥੇਬੰਦਕ ਚੋਣਾਂ ਕਰਦੇ ਆ ਕੇਂਦਰ ਦਾ ਵੀ ਸਾਡਾ ਆਲ ਇੰਡੀਆ ਦਾ ਜਿਹੜਾ ਮਹਾਂ ਸੰਮੇਲਨ ਆ ਉਹ 2 ਅਪ੍ਰੈਲ ਤੋਂ 6 ਅਪ੍ਰੈਲ 2025 ਨੂੰ ਹੋਣ ਜਾ ਰਿਹਾ ਸਵਾਈ ਕਾਨਫਰੰਸ 9 ਅਤੇ 10 ਦਸੰਬਰ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਹੋਣ ਜਾ ਰਹੀ ਹੈ ਉਸੇ ਕੜੀ ਵਜੋਂ ਕਿਉਂਕਿ ਕਾਨਫਰੰਸ ਨੇ ਆਪਣੀ ਕਮੇਟੀ ਦਾ ਗਠਨ ਕਰਨਾ ਹੁੰਦਾ ਅਤੇ ਨਾਲ ਡੈਲੀਗੇਟਾਂ ਦਾ ਚੁਣਾਵ ਕਰਨਾ ਹੁੰਦਾ ਕਿਉਂਕਿ ਇੱਕ ਪ੍ਰਕਿਰਿਆ ਹੈ ਜਿਹੜੀ ਹਰ 3 ਸਾਲ ਬਾਅਦ ਕਮਿਊਨਿਸਟ ਪਾਰਟੀ ਉਹਦੇ ਬਾਰੇ ਸੀ ਮਤਲਬ ਅਤੇ ਉਸ ਸੰਬੰਧ 'ਚ ਅੱਜ ਅਸੀਂ ਅੱਛਾ ਕਈ ਵਾਰ ਇੱਦਾਂ ਹੁੰਦਾ ਆ ਉੱਪਰਲੇ ਪੱਧਰ 'ਤੇ ਤਾਂ ਤੁਹਾਡੇ ਨਾਲ ਪਾਰਟੀ ਦੇ ਵਿੱਚ ਰਹਿੰਦੇ ਆ ਕਿ ਅਸੀਂ ਕਾਮਨਿਸਟ ਜਾਂ CPI ਦੇ ਹਾਂ ਪਰ ਜਦੋਂ ਥੱਲੇ ਦੇ ਪੱਧਰ 'ਤੇ ਤੁਹਾਡੇ ਕਿਸੇ ਕੈਂਡੀਡੇਟ ਦਾ ਇਲੈਕਸ਼ਨ ਹੁੰਦਾ ਉਸ ਵੇਲੇ ਉਹਦੇ ਵਿਰੋਧ 'ਚ ਹੁੰਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਦੇਖੋ ਇਸ ਤਰ੍ਹਾਂ ਦਾ ਐਲੀਮੈਂਟ ਆ ਕੁਛ ਜਿਹੜਾ ਹੁੰਦੇ ਆ ਮੌਕਾ ਪ੍ਰਸਤੀ ਵੀ ਹੋ ਸਕਦੀ ਆ ਕੁਝ ਵੀ ਹੋ ਸਕਦਾ ਹੈ ਤੇ ਤੁਹਾਡੀ ਪਾਰਟੀ ਨੂੰ ਤਾਂ ਢਾਏ ਲੱਗਦੀ ਆ ਉਹ ਦੇਖੋ ਉਹ ਤਾਂ ਹਰ ਪਾਰਟੀ ਨੂੰ ਲੱਗਦੀ ਆ ਇਕੱਲੀ ਸਾਡੀ ਪਾਰਟੀ ਨੂੰ ਇਸ ਤਰ੍ਹਾਂ ਦਾ ਐਲੀਮੈਂਟ ਆ ਪਰ ਅਸੀਂ ਇਹ ਆ ਵੀ ਉਹਨੂੰ ਰਿਵਿਊ ਕਰਕੇ ਅਸੀਂ ਬਣਦਾ ਉਹਨੂੰ ਜਿਹੜੀ ਸਜ਼ਾ ਹੁੰਦੀ ਆ ਉਹ ਵੀ ਅਸੀਂ ਕਰਦੇ ਹਾਂ ਥੈਂਕ ਯੂ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਂਥ ਆਯੁਰਵੈਦ ਦਵਾਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲੀਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499